ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਮੈਂ ਹਾਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਤੇ ਤੁਸੀਂ ਵੇਖ ਰਹੇ ਹੋ ਸੁਲਤਾਨੀ ਸਟੂਡੀਓ। ਮੇਰੇ ਸੱਜਣੋ, ਸਾਡੀ ਅੱਜ ਦੀ ਕਹਾਣੀ ਇੱਕ ਐਸੇ ਬਹਾਦਰ ਇਨਸਾਨ ਦੀ ਏ ਜਿਹਨੂੰ ਅੰਗਰੇਜ਼ ਹਕੂਮਤ ਨੇ ਸਜ਼ਾਏ ਮੌਤ ਸੁਣਾਈ। ਜੀ ਹਾਂ, ਸਾਡੀ ਅੱਜ ਦੀ ਦਾਸਤਾਨ ਦਾ ਨਾਂ ਹੈ ਜਮਾਲੋ। ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਕਰਾਚੀ ਤੋਂ ਮੁਹੰਮਦ ਸ਼ਾਹ ਜਾਵੇਦ, ਮੁਹੰਮਦ ਉਸਮਾਨ, ਮੁਹੰਮਦ ਰਮਜ਼ਾਨ ਪਿੰਡ ਮੁਹੰਮਦਪੁਰਾ ਚੱਕ ਨੰਬਰ 174 ਤੋਂ, ਮੁਹੰਮਦ ਨਦੀਮ ਕਰਾਚੀ ਵਾਲਾ ਰਸੂਲਪੁਰ ਜੱਟਾਂ ਚੱਕ ਨੰਬਰ 173 ਤੋਂ, ਤਾਰਕ ਮਹਿਮੂਦ ਜੱਟ ਸਿਆਲਕੋਟ ਤੋਂ, ਸਰਫਰਾਜ਼ ਅਹਿਮਦ ਜੱਟ ਹੁਸ਼ਿਆਰਪੁਰ ਇੰਡੀਆ ਤੋਂ, ਕਮਲਜੀਤ ਸਿੰਘ ਚੜ੍ਹਦੇ ਪੰਜਾਬ ਤੋਂ, ਬਿੱਟੂ ਲਹਿਰੀ ਤੇ ਰਵਿੰਦਰ ਸਿੰਘ, ਕਰਨੈਲ ਸਿੰਘ ਨਾਰਵੇ ਤੋਂ, ਤਸਵਰ ਹੁਸੈਨ ਵੜੈਚ ਇਟਲੀ ਤੋਂ, ਜ਼ਫਰ ਬਬਲੀ ਪੱਟੀ ਸਪੇਨ ਤੋਂ, ਮੰਮਨ ਨਵਾਜ਼ ਗੁੱਜਰ ਕੈਨੇਡਾ ਤੋਂ, ਬਿੱਲੂ ਸ਼ਾਹ ਇੰਗਲੈਂਡ ਤੋਂ, ਬਲਬੀਰ ਸਿੰਘ ਕੰਵਲ। ਅਸੀਂ ਸ਼ੁਕਰੀਆ ਅਦਾ ਕਰਨੇ ਹਾਂ ਆਪਣੇ ਇਹਨਾਂ ਦੋਸਤਾਂ ਦਾ ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਨੇ ਤੇ ਆਪਣੀਆਂ ਫਰਮਾਇਸ਼ਾਂ ਕਰਦੇ ਨੇ। ਤੇ ਹੁਣ ਆਉਂਦੇ ਹਾਂ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਮੇਰੇ ਸੱਜਣੋ, ਇਹ ਅੰਗਰੇਜ਼ ਦੌਰ ਦੀ ਗੱਲ ਏ ਜਦੋਂ ਅੰਗਰੇਜ਼ਾਂ ਨੇ ਰੋੜੀ ਸੱਖਰ ਵਾਲਾ ਪੁਲ ਤਿਆਰ ਕੀਤਾ ਜਿਹਦੇ ਥੱਲੇ ਕੋਈ ਵੀ ਪਿਲਰ ਨਾ ਬਣਾਇਆ। ਉਹਨਾਂ ਵਕਤਾਂ ਵਿੱਚ ਜਮਾਲੋ ਸ਼ਹੀਦੀ ਜਿਹੜਾ ਸੱਖਰ ਜੇਲ੍ਹ ਵਿੱਚ ਕੈਦ ਸੀ, ਉਹਨੂੰ ਇੱਕ ਅੰਗਰੇਜ਼ ਅਫਸਰ ਜਾਨ ਲਿਪੜ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਤੇ ਉਸ ਕੈਦੀ ਦੇ ਦਿਨ ਰਾਤ ਕਿਵੇਂ ਲੰਘਦੇ ਸਨ ਇਹ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਪੱਟੀ ਬਾਗਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਸੱਖਰ ਜੇਲ੍ਹ ਚ ਕੈਸੀ ਯਾਰੋ ਸ਼ਹੀਦੀ ਜਿਹਦਾ ਨਾਂ, ਛੋਟੀ ਜਿੰਨੀ ਕੋਠੜੀ ਸੀ ਥੋੜੀ ਜਿੰਨੀ ਥਾਂ, ਛੋਟੀ ਜਿੰਨੀ ਕੋਠੜੀ ਸੀ ਥੋੜੀ ਜਿੰਨੀ ਥਾਂ, ਡਰ ਤੇ ਖੌਫ ਉਹਦੇ ਅੰਦਰ ਯਾਰ ਪਸੂੜੀ ਪਾਵੇ, ਜਦ ਕੋਈ ਕੈਦੀ ਫਾਂਸੀ ਲੱਗਣੀ ਉਹਦੇ ਕੋਲੋਂ ਜਾਵੇ, ਜਦ ਕੋਈ ਕੈਦੀ ਫਾਂਸੀ ਲੱਗਣੀ ਉਹਦੇ ਕੋਲੋਂ ਜਾਵੇ, ਸੋਚਦਾ ਰਹਿੰਦਾ ਇਹੋ ਯਾਰੋ ਅਗਲੀ ਵਾਰੀ ਉਹਦੀ ਰਹਿੰਦੀ ਹਰਦਮ ਗਮ ਦੇ ਅੰਦਰ ਉਹਦੀ ਬੀਵੀ ਸ਼ੋਦੀ, ਰਹਿੰਦੀ ਹਰਦਮ ਗਮ ਦੇ ਅੰਦਰ ਉਹਦੀ ਬੀਵੀ ਸ਼ੋਦੀ, ਵੇਖ ਵੇਖ ਕੇ ਉਹਨੂੰ ਕਰਦੇ ਸਾਰੇ ਕੈਦੀ ਹੰਸੀ, ਵੇਖ ਵੇਖ ਕੇ ਉਹਨੂੰ ਕਰਦੇ ਸਾਰੇ ਕੈਦੀ ਹੰਸੀ, ਇਸੇ ਗਮ ਚ ਖਾਣਾ ਪੀਣਾ ਭੁੱਲਿਆ ਉਹਨੂੰ ਸਾਰਾ, ਕੱਲੀ ਸ਼ੋਦੀ ਦੁਨੀਆ ਅੰਦਰ ਕਰਸੀ ਕਿੰਜ ਗੁਜ਼ਾਰਾ, ਕੱਲੀ ਸ਼ੋਦੀ ਦੁਨੀਆ ਅੰਦਰ ਕਰਸੀ ਕਿੰਜ ਗੁਜ਼ਾਰਾ, ਜਦੋਂ ਕਿਸੇ ਨੂੰ ਵਾਇਸ ਪੈਂਦੀ ਉਹਦਾ ਡਰ ਸੀ ਜਾਂਦਾ, ਨਾ ਕਦੀ ਉਹ ਮੂੰਹ ਹੱਥ ਧੋਂਦਾ ਕੱਪੜੇ ਨਾ ਬਦਲਾਂਦਾ, ਨਾ ਕਦੀ ਉਹ ਮੂੰਹ ਹੱਥ ਧੋਂਦਾ ਕੱਪੜੇ ਨਾ ਬਦਲਾਂਦਾ, ਜਦ ਅੰਗਰੇਜ਼ ਨੇ ਪੁਲ ਬਣਵਾਇਆ
ਤਾਈਂ ਖਬਰ ਪਹੁੰਚੀ ਹੋਇਆ ਹੁਸ਼ਿਆਰ ਰੇਨ ਗਦਾਰ ਨਵਾਸ ਮੈਂ ਪੁੱਲ ਦੇ ਉੱਤੋਂ ਤਿਆਰ ਰੇਨ ਗਦਾਰ ਨਵਾਸ ਮੈਂ ਪੁੱਲ ਦੇ ਉੱਤੋਂ ਤਿਆਰ ਪੁਲਸੀ ਮੀਲਾ ਲੰਮਾ ਜਿਹਨੂੰ ਕਹਿੰਦੇ ਖਤਰਨਾਕ ਮੁੜ ਜਾਣ ਡਲੈਵਰ ਵੇਖ ਕੇ ਕੋਈ ਨਾ ਪਾਵੇ ਝਾਕ ਮੁੜ ਜਾਣ ਡਲੈਵਰ ਵੇਖ ਕੇ ਕੋਈ ਨਾ ਪਾਵੇ ਝਾਕ ਆਖਣ ਲੱਗਾ ਸ਼ਹੀਦੀ ਜੇਕਰ ਮੇਰੀ ਬਖਸ਼ੋ ਜਾਣ ਮੈਂ ਲਗਾਵਾਂ ਗੱਡੀ ਪੁੱਲ ਤੋਂ ਯਾਰੋ ਅਮਨੋ ਮਾਣ ਮੈਂ ਲਗਾਵਾਂ ਗੱਡੀ ਪੁੱਲ ਤੋਂ ਯਾਰੋ ਅਮਨੋ ਮਾਣ ਸੁਣੀ ਗੱਲ ਗਰੇ ਦਾ ਉਸਦੀ ਹੋਏ ਉਹ ਹੈਰਾਨ ਕਿੰਨੇ ਏਡੀ ਜੁਰਜ ਕੀਤੀ ਕਿਹੜਾ ਉਹ ਜਵਾਨ ਕਿੰਨੇ ਏਡੀ ਜੁਰਜ ਕੀਤੀ ਕਿਹੜਾ ਉਹ ਜਵਾਨ ਮੇਰੇ ਸੱਜਣੋ ਜਦੋਂ ਰੋੜੀ ਸੱਖਰ ਪੁੱਲ ਤੋਂ ਟ੍ਰੇਨ ਲੰਘਾਉਣ ਵਾਸਤੇ ਕੋਈ ਡਰਾਈਵਰ ਤਿਆਰ ਨਾ ਹੋਇਆ ਜਮਾਲੋ ਸ਼ਹੀਦੀ ਜਿਹੜਾ ਕੈਦ ਵਿੱਚ ਸੀ ਕਹਿਣ ਲੱਗਾ ਮੈਂ ਇੱਕ ਸ਼ਰਤ ਤੇ ਉਸ ਪੁੱਲ ਤੋਂ ਟ੍ਰੇਨ ਲਗਾ ਦਿਆਂਗਾ ਜੇਕਰ ਤੁਸੀਂ ਮੇਰੀ ਜਾਨ ਬਖਸ਼ੋ ਤੇ ਮੈਨੂੰ ਆਜ਼ਾਦ ਕਰ ਦਿਓ ਅੰਗਰੇਜ਼ ਨੇ ਉਹਦੇ ਨਾਲ ਵਾਅਦਾ ਕਰ ਲਿਆ ਭਈ ਜੇ ਤੂੰ ਟ੍ਰੇਨ ਗੁਜ਼ਾਰ ਦੇਵੇਂ ਤੇ ਤੇਰੀ ਸਜ਼ਾਏ ਮੌਤ ਖਤਮ ਕਰਕੇ ਤੈਨੂੰ ਆਜ਼ਾਦ ਕਰ ਦਿੱਤਾ ਜਾਵੇਗਾ ਜਮਾਲੋ ਸ਼ਹੀਦੀ ਕਿਵੇਂ ਪੁੱਲ ਤੋਂ ਟ੍ਰੇਨ ਲੰਘਾਉਂਦਾ ਹੈ ਇਹ ਸਾਧਕ ਪੱਟੀ ਗਾ ਕੇ ਸੁਣਾ ਰਿਹਾ ਆਇਆ ਕਰਦੇ ਨਾਤਾ ਤੋਤਾ ਆਇਆ ਕਰਦੇ ਨਾਤਾ ਤੋਤਾ ਫੜ ਤਿਆਰੀ ਲੈਂਦਾ ਰੇਨ ਦੇ ਵਿੱਚੋਂ ਬੈਠਾ ਕਰਦਾ ਸੋਹਣੇ ਰੱਬ ਨੂੰ ਯਾਦ ਲੋਕੀ ਉੱਥੇ ਦੇਵਲ ਲੱਗੇ ਉਹਦੀ ਜੁਰਤ ਨੂੰ ਦਾਦ ਲੋਕੀ ਉੱਥੇ ਦੇਵਲ ਲੱਗੇ ਉਹਦੀ ਜੁਰਤ ਨੂੰ ਦਾਦ ਤ੍ਰੀ ਚਾਲੀ ਸੀ ਡੱਬੇ ਲੱਗੇ ਉਸ ਗੱਡੀ ਦੇ ਪਿੱਛੇ ਕੀਤਾ ਇੰਜਣ ਚਾਲੂ ਉਸਨੇ ਸਾਰੇ ਡੱਬੇ ਖਿੱਚੇ ਕੀਤਾ ਇੰਜਣ ਚਾਲੂ ਉਸਨੇ ਸਾਰੇ ਡੱਬੇ ਖਿੱਚੇ ਲੰਘਿਆ ਗੋਲੀ ਵਾਂਗੂ ਉਹਤੇ ਲੈ ਕੇ ਯਾਰ ਟ੍ਰੇਨ ਨਾ ਕੋਈ ਕੰਸੀ ਪੁੱਲ ਦੇ ਥੱਲੇ ਨਾ ਕੋਈ ਯਾਰ ਕਰੇਣ ਨਾ ਕੋਈ ਕੰਸੀ ਪੁੱਲ ਦੇ ਥੱਲੇ ਨਾ ਕੋਈ ਯਾਰ ਕਰੇਣ ਬੀਬੀ ਉਹਦੀ ਆਖਣ ਲੱਗੀ ਵਾਲਾ ਯਾਰ ਜਮਾਲੋ ਹੋਸ਼ ਦੇ ਅੰਦਰ ਆਈ ਸੀ ਉਹਦੇ ਯਾਰ ਪਿਆਲੋ ਫਿਰ ਅੰਗਰੇਜ਼ਾਂ ਉਹਨੂੰ ਯਾਰੋ ਦਿੱਤਾ ਢੇਰ ਨਾਮ ਵਿੱਚੋਂ ਕੈਦ ਰਾਜ ਹੋਇਆ ਸ਼ਹੀਦੀ ਯਾਰ ਗੁਲਾਮ ਲੁੱਡੀਆਂ ਪਾਵਣ ਲੱਗੇ ਸਾਰੇ ਕਹਿੰਦੇ ਹੋ ਜਮਾਲੋ ਸਾਰੇ ਲੋਕ ਰਾਂਝੇ ਹੋਏ ਉਹਦੇ ਯਾਰ ਕਮਾਲੋ ਸਾਰੇ ਲੋਕ ਰਾਂਝੇ ਹੋਏ ਉਹਦੇ ਯਾਰ ਕਮਾਲੋ।
ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਜਦੋਂ ਜਮਾਲੋ ਸ਼ਹੀਦੀ ਟ੍ਰੇਨ ਗੁਜ਼ਾਰ ਕੇ ਅੰਗਰੇਜ਼ ਕੋਲੋਂ ਇਨਾਮ ਤੇ ਸਜ਼ਾਏ ਮੌਤ ਦੀ ਮਾਫ਼ੀ ਲੈ ਕੇ ਘਰ ਆਇਆ, ਉਹਦੀ ਬੀਵੀ ਨੇ ਉਹਦੇ ਵਾਸਤੇ ਸਿੰਧੀ ਗਾਣਾ ਤਿਆਰ ਕੀਤਾ ਸੀ। ਹੋ ਜਮਾਲੋ ਵਾਹ ਵਾਹ ਜਮਾਲੋ, ਹੋ ਜਮਾਲੋ ਵਾਹ ਵਾਹ ਜਮਾਲੋ, ਤੇ ਫਿਰ ਇਹ ਗਾਣਾ ਸਿੰਧੀ ਗੁਲੂਕਾਰਾਂ ਲਈ ਪਸੰਦੀਦਾ ਗਾਣਾ ਬਣ ਗਿਆ। ਫਿਰ ਇਹ ਗਾਣਾ ਨੂਰ ਜਹਾਨ ਨੇ ਵੀ ਗਾਇਆ, ਲੁੱਡੀ ਹੋ ਜਮਾਲੋ ਪਾਓ ਲੁੱਡੀ ਹੋ ਜਮਾਲੋ। ਮੇਰੇ ਸੱਜਣੋ, ਜਦੋਂ ਕੁਦਰਤ ਮਿਹਰਬਾਨ ਹੋਵੇ ਤੇ ਬੰਦਾ ਹਿੰਮਤ ਕਰੇ ਤੇ ਉਹਦੇ ਤੋਂ ਮੌਤ ਦਾ ਸਾਇਆ ਵੀ ਟਲ ਜਾਂਦਾ ਹੈ। ਜਮਾਲੋ ਸ਼ਹੀਦੀ ਨੇ ਪੁਲ ਤੋਂ ਟ੍ਰੇਨ ਲੰਘਾ ਕੇ ਤਾਰੀਖ ਰਕਮ ਕਰ ਦਿੱਤੀ ਤੇ ਸੱਖਰ ਰੋੜੀ ਪੁਲ ਤੋਂ ਟ੍ਰੇਨ ਲੰਘਾਉਣ ਵਾਲਾ ਪਹਿਲਾ ਡਰਾਈਵਰ ਵੀ ਬਣ ਗਿਆ। ਅੱਜ ਵੀ ਤਾਰੀਖ ਦੀਆਂ ਕਿਤਾਬਾਂ ਵਿੱਚ ਉਹਦਾ ਇੱਕ ਬਹਾਦਰ ਤੇ ਦਲੇਰ ਆਦਮੀ ਦੇ ਤੌਰ ਤੇ ਨਾਂ ਦਰਜੇ। ਮੇਰੇ ਸੱਜਣੋ, ਇਹ ਸੀ ਸਾਡੀ ਅੱਜ ਦੀ ਕਹਾਣੀ ਤੇ ਹੋ ਜਮਾਲੋ ਗਾਣੇ ਦੀ ਤਾਰੀਖ। ਸਾਡੀ ਇਹ ਦਾਸਤਾਨ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਸਾਡੇ ਯੂਟਿਊਬ ਚੈਨਲ ਸੁਲਤਾਨੀ ਸਟੂਡੀਓ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰਨਾ ਤੇ ਬੈੱਲ ਆਈਕਨ ਦੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੇ ਸਾਡੀ ਆਉਣ ਵਾਲੀ ਹਰ ਦਾਸਤਾਨ ਤੁਹਾਡੇ ਤੱਕ ਅਪੜਦੀ ਰਹੇ। ਤੇ ਇਹਦੇ ਨਾਲ ਹੀ ਸੁਲਤਾਨੀ ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।